ਹੇ ਗਾਇਸ ਵਟਸਐਪ ਤੇ ਕੀ ਹਾਲ ਚਾਲ ਹੈ ਪਹਿਲੇ ਤਾਂ ਯਾਰ ਤੁਹਾਡੇ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਸਾਨੂੰ ਦਿੱਤੇ ਦਿੱਤਾ ਜੀ ਹੁਣ ਇੱਥੇ ਵੀ ਕਵਾਂਗੇ ਤੁਹਾਨੂੰ ਪਿਆਰ ਦਵੋ ਤੇ ਸਾਰਾ ਸਹੀ ਗੱਲ ਹੈ ਤੇ ਨਵਾਂ ਚੈਨਲ ਹੈ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੋਡੀਫਾਈਡ ਹਬ ਤੇ ਇਹਦੇ ਵਿੱਚ ਜਿਹੜੀ ਤੁਹਾਨੂੰ ਨੌਲੇਜ ਮਿਲਣ ਵਾਲੀ ਹੈ ਨਾ ਮਤਲਬ ਐਂਡ ਹੈ ਤੇ ਇਹਦੇ ਵਿੱਚ ਆਪਾਂ ਗੱਡੀਆਂ ਉਹੀ ਦਿਖਾਵਾਂਗੇ ਜੋ ਕਿ ਸਪੈਸ਼ਲ ਹੋਣਗੀਆਂ ਐ ਨਹੀਂ ਕਿ ਅਲੱਗ ਤੋਂ ਕੁਝ ਹੋਰ ਛੋਟੇ ਮੋਟੇ ਕੰਮ ਨਾ ਆਪਾਂ ਇੱਥੇ ਜਿਹੜੀ ਤੁਹਾਨੂੰ ਦਿਖਾਵਾਂਗੇ ਸਪੈਸ਼ਲ ਵੀਡੀਓ ਦਿਖਾਵਾਂਗੇ ਨੌਲੇਜ ਵਾਲੀ ਵੀਡੀਓ ਦਿਖਾਵਾਂਗੇ ਕਿ ਤੁਹਾਨੂੰ ਕਿਤੇ ਧੋਖਾ ਨਾ ਮਿਲੇ ਤੇ ਮੰਗੇ ਭਾਈ ਪਹਿਲੇ ਆਪਣਾ ਐਡਰੈਸ ਆਪਣਾ ਪੂਰਾ ਨਾਮ ਤੇ ਫੋਨ ਨੰਬਰ ਆਪਾਂ ਪਹਿਲੀ ਦੱਸ ਦਿਓ ਕਿਉਂਕਿ ਅੱਜ ਆਪਾਂ ਫਿਟਮੈਂਟ ਦਿਖਾ ਰਹੇ ਆ ਨਾ ਮਜ਼ਾ ਮੇਰਾ ਐਡਰੈਸ ਹੈਗਾ ਜੀ ਆਪਣੀ ਇਹ ਸ਼ਾਪ ਹੈਗੀ ਆ ਬਿਲਕੁਲ ਪੈਟਰੋਲ ਪੰਪ ਤੇ ਬਿਲਕੁਲ ਜੁਆਇਨਿੰਗ ਹੈਗੀ ਆ ਸ਼ਾਸਤਰੀ ਮਾਰਕੀਟ ਦੇ ਵਿੱਚ ਤੇ ਮੇਰਾ ਮੋਬਾਈਲ ਨੰਬਰ ਹੈ 9780302797 ਤੇ ਵੀਡੀਓ ਵਿੱਚ ਤੁਹਾਨੂੰ ਫਲੈਸ਼ ਹੁੰਦਾ ਦਿਖ ਵੀ ਗਿਆ ਹੋਵੇਗਾ ਤੇ ਦੁਬਾਰਾ ਪੀੜੀਆਂ ਮੰਗੇ ਭਾਈ ਸਭ ਨੂੰ ਚੈਨਲ ਕੀ ਕਰਨਾ ਚਾਹੀਦਾ ਸਬਸਕ੍ਰਾਈਬ ਕਰਨਾ ਚਾਹੀਦਾ ਜੀ ਨਵੀਂ ਸ਼ੁਰੂਆਤ ਆ ਬਿਲਕੁਲ ਸਬਸਕ੍ਰਾਈਬ ਕਰਨਾ ਚਾਹੀਦਾ ਜੀ ਚੈਨਲ ਤੁਹਾਡੇ ਸਪੋਰਟ ਨਾਲ ਹੀ ਅਸੀਂ ਖੜੇ ਹਾਂ ਜੀ ਸਹੀ ਗੱਲ ਹੈ ਤੇ ਐ ਸੀ ਯਾਰ ਪਲੀਜ਼ ਸਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਦੀ ਗੱਲ ਮੇਨ ਚੀਜ਼ ਜਿੱਦਾਂ ਤੁਹਾਨੂੰ ਬੈਕ ਸਾਈਡ ਤੇ ਅਲਾਈਵਲ ਦਿਖਦੇ ਪਏ ਨਾ ਤੇ ਅੱਜ ਗੱਡੀ ਦਿਖਾਵਾਂਗਾ ਉਹ ਵੀ ਯੂਨੀਕ ਹੈ ਮਤਲਬ ਕਹਿਣ ਦਾ ਮਤਲਬ ਅਲਾਈਵਲ ਤੋਂ ਅਲਾਵਾ ਅਗਰ ਤੁਸੀਂ ਸਕੇਲ ਵੀਲਸ ਚ ਵੈਰਾਈਟੀ ਵੇਖਣੀ ਹੋਵੇ ਨਾ ਤੇ ਭਾਜੀ ਕੋਲ ਢੇਰ ਹੈ ਮੌਨਸਟਰ ਟਾਇਰ ਵਿੱਚ ਵੈਰਾਈਟੀ ਵੇਖਣੀ ਹੋਵੇ ਭਾਜੀ ਕੋਲ ਢੇਰ ਹੈ ਤੁਸੀਂ ਆਓ ਇੱਕ ਵਾਰ ਵਿਜ਼ਿਟ ਕਰੋਗੇ ਇੱਕ ਵਾਰ ਫੋਨ ਤੇ ਜੇ ਗੱਲਬਾਤ ਕਰੋਗੇ ਭਾਜੀ ਤੁਹਾਨੂੰ ਵਟਸਐਪ ਤੇ ਕ ਪਿੰਗਸ ਵੀ ਭੇਜਣਗੇ ਨਾ ਤੇ ਆਪ ਕੋ ਵੀ ਮਜ਼ਾ ਆਵੇ ਸਹੀ ਗੱਲ ਹੈ ਭਾਈ ਤੇ ਆਪਾਂ ਦੱਸੀਏ ਜਰੂਰ ਆਪਾਂ ਕੀ ਫਿਟ ਕਰਨ ਲੱਗੇ ਹਾਂ ਅੱਜ ਆਪਾਂ ਇੱਕ ਜੀਪ ਹੈ ਭਾਈ ਦੀ ਤੇ ਇਹਨੂੰ ਭਾਈ ਨੇ ਅਲੋਏ ਵੀਲਸ ਪਵਾਏ ਹੋਏ ਸੀਗੇ ਤੇ ਅਲੋਏ ਵੀਲਸ ਕਰਕੇ ਭਾਈ ਦੇ ਜਿਹੜੇ ਟਾਇਰ ਸੀਗੇ ਉਹ ਘੁੱਟ ਗਏ ਸੀਗੇ ਅੰਦਰ ਨੂੰ ਤੇ ਉਹ ਉਹਨਾਂ ਨੂੰ ਥੋੜਾ ਮਜ਼ਾ ਨਹੀਂ ਆ ਰਿਹਾ ਸੀਗਾ ਜੀਪ ਚਲਾਉਣ 'ਚ ਠੀਕ ਹੈ ਨਾ ਤੇ ਅਸੀਂ ਇਹ ਭਾਈ ਮੇਰੇ ਕੋਲ ਆਏ ਤੇ ਇਹਨਾਂ ਨੇ ਮੈਨੂੰ ਕੀਤੀ ਰਿਕੁਐਸਟ ਕੀਤੀ ਕਿ ਤੁਸੀਂ ਆਪਾਂ ਅਲੋਏ ਐਕਸਚੇਂਜ ਕਰਕੇ ਤੇ ਇਦਾਂ ਦਾ ਕੁਝ ਕਰ ਸਕਦੇ ਹਾਂ ਇਹ ਬਿਲਕੁਲ ਮਾਰਕੀਟ ਤੋਂ ਹਰਾਸ ਹੋ ਕੇ ਆਏ ਸੀਗੇ ਕਿਸੇ ਨੇ ਇਹਨਾਂ ਨੂੰ ਗਾਈਡ ਨਹੀਂ ਕੀਤਾ ਵੀ ਕੀ ਇਦਾਂ ਹੋ ਸਕਦਾ ਵਾ ਮੈਂ ਇਹਨਾਂ ਨੂੰ ਕਿਹਾ ਭਾਜੀ ਮੈਂ 2 ਦਿਨ ਦਾ ਟਾਈਮ ਦਊਂਗਾ ਤੁਹਾਨੂੰ ਇਹਦੇ ਨਾਲ ਦੇ ਡਰਮ ਤਿਆਰ ਕਰ ਦਾਂਗਾ ਉਹ ਅਸੀਂ ਐਕਸਚੇਂਜ ਕਰ ਲਾਂਗੇ ਭਾਜੀ ਕਹਿੰਦੇ ਕੋਈ ਗੱਲ ਨਹੀਂ ਇਹ ਮੈਨੂੰ ਬਿਲਕੁਲ ਐਡਵਾਂਸ ਪੇਮੈਂਟ ਕਰ ਗਏ ਤੇ ਅਸੀਂ ਇਹਨਾਂ ਨੂੰ ਉਹ 10 ਇੰਚੀ ਤੋਂ 14 ਇੰਚੀ ਡਰਮ ਤਿਆਰ ਕਰਾ ਕੇ ਦਿੱਤਾ ਵਾ ਇਹਨਾਂ ਦੇ 10 ਇੰਚੀ ਦਾ 14 ਇੰਚੀ ਡਰਮ ਤਿਆਰ 14 ਜੇ ਹੋ ਗਿਆ ਤੇ 10 ਜੇ ਦਾ ਅਲੋਏ ਵੀ ਹੋ ਗਿਆ ਹਾਂ 14 ਇੰਚ ਦਾ ਜਿਹੜਾ ਆਪਣਾ ਡਰਮ ਹੋ ਗਿਆ ਠੀਕ ਹੈ ਨਾ ਤੇ ਉਹਦੇ ਵਿੱਚ ਹੁਣ ਆਪਾਂ ਟਾਇਰ ਫਿੱਟ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਉਹਦੀ ਪ੍ਰੋਪਰ ਫਿਟਮੈਂਟ ਆਏਗੀ ਤੇ ਪ੍ਰੋਪਰ ਪੂਰਾ ਮੂੰਹ ਖੋਲੇਗਾ ਟਾਇਰ ਤੇ ਉਹ ਵੀ ਆਪਾਂ ਤੁਹਾਨੂੰ ਚਾਹੁੰਦੇ ਆ ਗੱਡੀ ਦਿਖਾਉਣੇ ਆ ਲੇਕਿਨ ਉਸ ਤੋਂ ਪਹਿਲਾਂ ਮੰਗੇ ਭਾਈ ਨੇ ਕੀ ਪੁੱਛਾਂਗੇ ਆਪਾਂ ਸਪੇਸਰ ਨਾਲ ਕਰ ਰਹੇ ਵਿਦਆਊਟ ਸਪੇਸਰ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ ਔਰ ਬਿਲਕੁਲ ਵਿਦਆਊਟ ਸਪੇਸਰ ਹੈ ਜੀ ਬਿਲਕੁਲ ਵਿਦਆਊਟ ਸਪੇਸਰ ਮੇਰੇ ਜਿਹੜੇ ਸਬਸਕ੍ਰਾਈਬਰ ਹੈ ਉਹ ਨਾ ਹੋ ਜਾਣ ਕਿ ਭਾਈ ਸਪੇਸਰ ਲਾ ਕੇ ਕੰਮ ਕਰ ਰਹੇ ਆਪਾਂ ਕੋਈ ਪੈਸੇ ਨਹੀਂ ਖਰਚਦੇ ਹੈਗੇ ਸਪੇਸਰ ਤੇ ਬਿਲਕੁਲ ਡਾਇਰੈਕਟ ਫਿਟਮੈਂਟ ਹੋਈ ਹੈ ਹਾਂ ਬਿਲਕੁਲ ਡਾਇਰੈਕਟ ਫਿਟਮੈਂਟ ਹੋਏਗੀ ਤੁਹਾਨੂੰ ਸਪੇਸਰ ਤੇ 1 ਰੁਪਿਆ ਵੀ ਖਰਚਣ ਦੀ ਲੋੜ ਨਹੀਂ ਹੈਗੀ ਵਿਦਆਊਟ ਸਪੇਸਰ ਤੁਸੀਂ ਫਿਟ ਕਰ ਸਕਦੇ ਹੋ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਟਰੈਕਟਰ ਲਈ ਵੀ ਵਿਦਆਊਟ ਸਪੇਸਰ ਇਹਨੂੰ ਆਪਾਂ ਤਿਆਰ ਕਰਦੇ ਹਾਂ ਬਿਲਕੁਲ ਕਰਾਂਗੇ ਬਿਲਕੁਲ ਕਰ ਰਹੇ ਹਾਂ ਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਬਿਲਕੁਲ ਟਰੈਕਟਰ ਵਾਲੇ ਵੀਰ ਜਿੰਨੇ ਵੀ ਨੇ ਮੌਨਸਟਰ ਟਾਇਰ ਦੇ ਬਹੁਤ ਜ਼ਿਆਦਾ ਸ਼ੌਕੀਨ ਆ ਕਿ ਜਿੱਦਾਂ ਉਹਨਾਂ ਨਾਲ ਗੱਲ ਕਰੀਏ ਕਿ ਮੇਲੇ ਦਾ ਟਾਈਮ ਆਉਣ ਵਾਲੇ ਆ ਬਹੁਤ ਸਾਰੇ ਤੇ ਟਰੈਕਟਰ ਸਾਹਮਣੇ ਤਿਆਰ ਕਰਨੇ ਆ ਤੇ ਉਹਦੇ ਲਈ ਵੀ ਤੁਸੀਂ ਕੰਟੈਕਟ ਭਰਾ ਨੂੰ ਮੇਰੇ ਕਰ ਸਕਦੇ ਆ ਜੀ ਨੰਬਰ ਤੁਹਾਨੂੰ ਡੈਸ਼ ਉੱਤੇ ਦਿਖ ਰਿਹਾ ਮੰਗੇ ਭਾਈ ਹੋਰ ਕੋਈ ਇਨਫੋਰਮੇਸ਼ਨ ਭਰਾਵਾਂ ਨਹੀਂ ਆ ਸਿੱਧਾ ਗੱਡੀ ਵੱਲ ਚੱਲੀਏ ਬਿਲਕੁਲ ਗੱਡੀ ਵੱਲ ਚੱਲੀਏ ਬਸ ਇਨਫੋਰਮੇਸ਼ਨ ਹੁਣ ਇਹਨਾਂ ਨੂੰ ਗੱਡੀ ਦੀ ਦਵਾਂਗੇ ਚਲੋ ਚੱਲਦੇ ਆ ਗੱਡੀ ਵੱਲ ਮੈਂ ਭਰਾ ਨੂੰ ਬੋਲਾਂ ਇੱਕ ਵਾਰ ਲਾਗੇ ਲੈ ਕੇ ਤੁਹਾਨੂੰ ਦਿਖਾ ਦਊਗਾ ਤੇ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਟਾਇਰ ਦੀ ਜਿਹੜੀ ਘੁੱਟ ਗਿਆ ਟਾਇਰ ਅੰਦਰ ਨੂੰ ਪੂਰਾ ਇਹਨਾਂ ਦਾ ਅੰਦਰ ਨੂੰ ਵੜਿਆ ਹੋਇਆ ਵੀ ਇਹ ਟੁੱਟ ਗਿਆ ਘੁੱਟ ਗਿਆ ਇੱਕ ਇਹ ਟਾਇਰ ਨੂੰ ਵੇਖ ਸਕਦੇ ਹੋ ਇੱਕ ਇਹ ਰਿਮ ਖੁੱਲ ਚੁੱਕਾ ਤੇ ਇਹ ਟਾਇਰ ਨੂੰ ਵੇਖ ਖੁੱਲ ਰਿਹਾ ਰਿਮ ਮੈਂ ਖੁੱਲਦੇ ਹੋਏ ਦੀ ਵੀ ਤੁਹਾਨੂੰ ਸਪੈਸ਼ਲ ਫਿਟਿੰਗ ਦਿਖਾ ਰਹੇ ਹਾਂ ਖੁੱਲਦੇ ਹੋਏ ਦੀ ਫਿਟਿੰਗ ਦਿਖਾ ਰਹੇ ਹਾਂ ਤੇ ਜਿਹੜਾ ਹੁਣ ਇਹਨਾਂ ਨੂੰ ਅਸੀਂ ਰਿਮ ਪਾ ਰਹੇ ਹਾਂ ਉਹ ਇਹ ਵਾਲਾ ਹੈ ਉਹ ਡਰਮ ਦਾ ਇੱਕ ਵਾਰ ਆਪਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਗਾਇਸ ਇੱਕ ਇੱਕ ਦੀ ਪ੍ਰੋਪਰ ਤੁਹਾਨੂੰ ਨੌਲੇਜ ਦਵਾਂਗੇ ਤੇ ਇਹ ਦੇਖ ਸਕਦੇ ਹੋ ਰਿਮ ਜਿਹੜਾ ਸਪੈਸ਼ਲੀ ਵਿਦਆਊਟ ਸਪੇਸਰ ਦੇ ਬਗੈਰ ਜਿਹੜਾ ਲੱਗ ਰਿਹਾ ਹੈ ਨਾ ਭਾਜੀ ਬਿਲਕੁਲ ਸਪੇਸਰ ਦਾ ਇਹ ਵੇਖ ਸਕਦੇ ਹੋ ਇਹ ਹੈ ਰਿਮ ਤੇ ਚੌੜਾ ਵੇਖ ਸਕਦੇ ਹੋ ਕਿੰਨਾ ਸੋਹਣਾ ਹੈ ਮਤਲਬ ਕਹਿਣ ਦਾ ਮਤਲਬ ਤੁਹਾਡੇ ਜਿਹੜਾ ਟਾਇਰ ਦੀ ਘੁੱਟ ਘੁੱਟ ਜਾਂਦਾ ਹੈ ਟਾਇਰ ਅੰਦਰ ਨੂੰ ਉਹ ਚ ਘੁੱਟ ਅਸੀਂ ਇਹ ਤੁਹਾਨੂੰ ਹੁਣੇ ਫਿੱਟ ਕਰਨਗੇ ਹੁੰਦੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਮਤਲਬ ਇਹ ਫਿੱਟ ਕਰਕੇ ਤੁਹਾਨੂੰ ਟਾਇਰ ਪੂਰਾ ਪੂਰਾ ਜੋੜਾ ਬੰਦਾ ਇੱਕ ਚੀਜ਼ ਮੈਂ ਦੇਖਦਾ ਪਿਆ ਜਦੋਂ ਇਹ ਟਾਇਰ ਵੇਖ ਸਕਦੇ ਹੋ ਇਹ ਟਾਇਰ ਤੁਸੀਂ ਆਪਾਂ ਖੋਲਣ ਤੋਂ ਬਾਅਦ ਪੂਰਾ ਇਹਨੂੰ ਖੁੱਲ ਜਾਂਦਾ ਤੇ ਉਹ ਫਿੱਟਮੈਂਟ ਚ ਅੰਦਰ ਘੁੱਟਿਆ ਉਹ ਤਾਂ ਘੁੱਟਿਆ ਹੈ ਕਿਉਂਕਿ ਉਹ ਰਿਮ ਘੱਟ ਜੋੜਾ ਹੈ ਇਸ ਕਰਕੇ ਹੀ ਅਸੀਂ ਇਹਨਾਂ ਨੂੰ ਡਰਮ ਤਿਆਰ ਕਰਨਾ ਹੈ ਇਹ ਹੁਣ ਤੁਹਾਨੂੰ ਇਹਦੇ ਫਿਟਿੰਗ ਦਿਖਾਵਾਂਗੇ ਟਾਇਰ ਬਿਲਕੁਲ ਪੂਰਾ ਜੋੜਾ ਹੋਏਗਾ ਜੀ ਤੇ ਇਹ ਚੀਜ਼ ਦੀ ਨੌਲੇਜ ਆਪਾਂ ਤੁਹਾਨੂੰ ਪੂਰੀ ਦਿੱਤੀ ਹੈ ਤੇ ਨਾਲ ਹੁਣ ਆਪਾਂ ਫਿਟਿੰਗ ਦੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਤੇ ਫਿਟਿੰਗ ਇੰਜੋਏ ਕਰਿਓ ਤੇ ਨਾਲ ਤੁਹਾਡਾ ਗੱਡੀ ਦਾ ਇੱਕ ਥੋੜਾ ਜਿਹਾ ਨਾ ਜੀਪ ਦਾ ਆਪਾਂ ਓਵਰਵਿਊ ਲੈਂਦੇ ਹਾਂ ਨਾਲ ਦੇ ਨਾਲ ਫਿਟਿੰਗ ਤੋਂ ਬਾਅਦ ਇੱਕ ਓਵਰਵਿਊ ਲਵਾਂਗੇ ਕੀ ਜੀਪ ਦੇ ਵਿੱਚ ਲੱਗਿਆ ਜੋ ਕਿ ਤੁਹਾਨੂੰ ਲੋਕਾਂ ਨੂੰ ਨੌਲੇਜ Thank you.
ਦੇਖਣਾ ਚਾਹੀਏ ਕਿ ਇਹਦੇ ਵਿੱਚ ਜਿਹੜੇ ਫਿਟਮੈਂਟ ਹੁੰਦੀ ਹੈ ਵਿਦਆਊਟ ਆਪਾਂ ਦੱਸਦੇ ਸਪੈਸ਼ਲ ਹੁੰਦੀ ਇੱਕ ਵਾਰ ਦਿਖਾਈਏ ਡਿਸਕ੍ਰਿਪਸ਼ਨ ਸਾਡੇ ਇੰਸਟਾਗ੍ਰਾਮ ਦਾ ਹੈ ਅਤੇ ਭਾਅ ਜੀ ਇੱਕ ਵਾਰ ਆਪਣੇ ਵੀ ਦੱਸ ਦੀ ਇੰਸਟਾਗ੍ਰਾਮ ਦਾ ਲਿੰਕ ਮੇਰਾ ਟਾਇਰ ਵਰਲਡ ਜਲੰਧਰ ਟਾਇਰ ਵਰਲਡ ਜਲੰਧਰ ਭਾਅ ਜੀ ਜਿਹੜੀ ਜਿਹੜੀ ਗੱਡੀਆਂ ਹੁੰਦਾ ਭਾਈ ਨੇ ਫਿੱਟ ਕੀਤੀਆਂ ਸਾਰੀ ਵੀ ਫੋਟੋ 'ਤੇ ਅਪਡੇਟ ਮਿਲੇਗੀ ਉਲਟਾ ਘੱਟ ਹੀ ਮਿਲੇਗੀ ਭਾਈ ਨੇ ਫਿਟਿੰਗ 'ਤੇ ਬੂਲ ਢੇਰ ਲਾਇਆ ਆ ਹੈ ਨਾ ਅਤੇ ਮਜ਼ਾ ਆ ਜਾਏਗਾ ਤੁਹਾਨੂੰ ਵੀਡੀਓ ਦੇ ਵਿੱਚ ਅਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਕਿ ਆਪਾਂ ਉਹ ਵੀਡੀਓ ਜਲਦੀ ਜਲਦੀ ਲੈ ਕੇ ਆਵਾਂਗੇ ਅਗਰ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ ਮਿਲਦੇ ਆਪਾਂ ਇਹੋ ਜਿਹੀਆਂ ਹੋਰ ਮਜ਼ਾ ਵੀਡੀਓ ਦੇ ਨਾਲ ਥੈਂਕਸ ਫੋਰ ਵਾਚਿੰਗ